ਲਲਤੋਂ ਵਾਲਾ ਬਿੱਲਾ ਪਹੁੰਚਿਆ ਹੋਇਆ ਸਾਡਾ ਵੀਰ ਜ਼ਿੰਦਗੀ ਦਾ ਪਰਮ ਪਿਆਰਾ ਮਿੱਤਰ ਆ ਕੱਲ ਨੂੰ ਕਹਿੰਦੇ ਲਲਤੋਂ ਦੇ ਕਬੱਡੀ ਕੱਪ ਦੇ ਗੱਲਾਂ ਹੋਣ ਗਈਆਂ ਲਾ ਦੂਜੇ ਪਾਸੇ ਇਸ ਵੇਲੇ ਪਈ ਹੀ ਕਬੱਡੀ ਰਾਮਾ ਨਾਮ ਇਸ ਨੌਜਵਾਨ ਖਿਡਾਰੀ ਦਾ ਲਾ ਚਾਰ ਜਾਫੀਆਂ ਦੇ ਵਿੱਚੋਂ ਕਹਿੰਦੇ ਕਲੋਟੀ ਪਿੰਡ ਦਾ ਇਸ ਵੇਲੇ ਗਿੰਦਾ ਕਮਾਲ ਦਾ ਜਾਫੀ ਆ ਨੌਜਵਾਨ ਜਫਾ ਲਾਉਣ ਦੇ ਵਿੱਚ ਇਸ ਵੇਲੇ ਕਹਿੰਦੇ ਆਪਾਂ ਵੇਖ ਰਹੇ ਹਾਂ ਹੰਦਿਆਂ ਦੇ ਲਾਗੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਲਓ ਇਸ ਵੇਲੇ ਬਹੁਤ ਹੀ ਠਰੰਮੇ ਦਾ ਬੜਾ ਤਜਰਬੇਕਾਰ ਜਫਾ ਲਾਉਂਦਾ ਹੋਇਆ ਅਗਲੇ ਮੈਚ ਦੇ ਲਈ ਮੇਰੀ ਬੇਨਤੀ ਆ ਜਾਗੋਵਾਲ ਤੇ ਪੜੈਣ ਮੋਹਲੀ ਕਲਾਂ ਤੇ ਕੱਟੂ ਜਾਗੋਵਾਲ ਵਰਸਸ ਪੜੈਣ ਦਾ ਜਿਹੜਾ ਅਗਲਾ ਮੈਚ ਖੇਡਿਆ ਜਾਣਾ ਆ ਨੌਜਵਾਨ ਕਹਿੰਦੇ ਬਦੋਵਾਲ ਪਿੰਡ ਸ਼ੇਰੂ ਨਾਮ ਆ ਸਮੁੰਦਰ ਜਿਹਾ ਕਰਦਾ ਪਰ ਕਹਿੰਦੇ ਪਿਛਲੇ ਸਾਲ ਇਸੇ ਗਰਾਊਂਡਾਂ ਦੇ ਵਿੱਚ ਇਸ ਨੌਜਵਾਨ ਨੂੰ ਕਹਿੰਦੇ ਬੈਸਟ ਰੇਡਰ ਹੋਣ ਦੇ ਮਾਣ ਮਿਲੇ ਆ ਧਲੇਰ ਕਲਾਂ ਦੀ ਧਰਤੀ ਤੇ ਇਹ ਨੌਜਵਾਨ ਬਦੋਵਾਲ ਪਿੰਡ ਦਾ ਅੱਜ ਜਰਗੜੀ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਲਾਗਲੀ ਕਬੱਡੀ ਪਾਉਣ ਦੇ ਲਈ ਲਲਤੋਂ ਦੀ ਤਰਫੋਂ ਜ਼ਿਲ੍ਹਾ ਲੁਧਿਆਣੇ ਦਾ ਮਾਣ ਮੱਤਾ ਪਿੰਡ ਹੈ ਲਲਤੋਂ ਜਿੱਥੇ ਦੇ ਮੋਠੇ ਵਰਗੇ ਮੇਰੇ ਵੀਰੋ ਜਿੱਥੇ ਦੇ ਬਿੱਲੇ ਵਰਗੇ ਕਬੱਡੀ ਦੇ ਮਹਾਨ ਬੁਲਾਰੇ ਆ ਲਓ ਸੇ ਪਿੰਡ ਇੱਕ ਕੰਨੀ ਤੇ ਚਿੱਟੀ ਪੱਟੀ ਦੇ ਵਿੱਚ ਹੈਪੀ ਜਰਗੜੀ ਵਾਲਾ ਬੜਾ ਤਜਰਬੇਕਾਰ ਖਿਡਾਰੀ ਆ ਪਰ ਇਧਰਲੇ ਪਾਸੇ ਆਪਾਂ ਵੇਖ ਰਹੇ ਇਸ ਵੇਲੇ ਨੌਜਵਾਨ ਚਾਹ ਜਾਫੀਆਂ ਦੇ ਵਿੱਚੋਂ ਕਹਿੰਦੇ ਇਸ ਵੇਲੇ ਜੱਫਾ ਲਾਉਣ ਦੀ ਪੂਰੀ ਜੱਦੋ ਜਹਿਦ ਕਰਦਾ ਹੋਇਆ ਲੱਕੀ ਡਰਾ 50 ਰੁਪਏ ਦੀ ਪਰਚੀ ਕਟਵਾ ਕੇ ਚਾਰ ਪ੍ਰਾਈਜ਼ ਜਿਹੜੇ ਦਿੱਤੇ ਜਾਣੇ ਆ ਸੈਮਸੰਗ ਦਾ ਮੋਬਾਈਲ ਆ ਜੂਸਰ ਕੂਲਰ ਤੇ ਸਾਈਕਲ ਚਾਰ ਪ੍ਰਾਈਜ਼ ਨੇ ਜਿਹੜੇ ਕਟਵਾ ਕੇ ਆਪਾਂ ਅਗਲਾ ਮੈਚ ਜਾਗੋਵਾਲ ਤੇ ਪੜੈਣ ਬਈ ਟੀਮਾਂ ਨੂੰ ਮੇਰੀ ਵਾਰ ਵਾਰ ਬੇਨਤੀ ਆ ਜਲਦੀ ਆ ਜਰਗੜੀ ਦੀ ਟੀਮ ਆ ਜਿਹੜੀ ਇਸ ਟੀਮ ਦੇ ਇਸ ਮੈਚ ਦੇ ਵਿੱਚ ਜਿੱਤ ਚੁੱਕੀ ਆ ਜਾਗੋਵਾਲ ਵਰਸਸ ਪੜੈਣ ਅਗਲੇ ਮੈਚ ਦੇ ਲਈ ਜਲਦੀ ਪਹੁੰਚਣਾ ਸਰ ਸਾਡੀ ਜ਼ਿੰਦਗੀ ਦਾ ਬੜਾ ਪਰਮ ਪਿਆਰਾ ਮਿੱਤਰ ਹੈ ਜਤਿੰਦਰ ਧਲੇਰੀਆ ਟੀ ਸਾਡਾ ਨੇ ਜਿਹੜੀਆਂ ਬਾਈ ਜੀ ਬਾਹਰ ਲਾ ਕੇ ਆਇਆ ਕਰੋ ਜਾਗੋਵਾਲ ਵਰਸਸ ਪੜੈਣ ਦਾ ਜਿਹੜਾ ਮੈਚ ਆ ਮੋਹਲੀ ਕਲਾਂ ਤੇ ਕੱਟੂ ਅਗਲੇ ਮੈਚ ਦੇ ਲਈ ਬਿਲਕੁਲ ਤਿਆਰੀ ਦੇ ਵਿੱਚ ਰਹਿਣਗੀਆਂ ਹੈਲੋ ਆ ਇੱਕ ਕਾਲਖ ਤੇ ਜਮਾਲਪੁਰੇ ਦਾ ਮੈਚ ਵਿਚਾਲੇ ਰਹਿੰਦਾ ਪਹਿਲਾਂ ਇਹ ਕਰਾ ਦਿਓ ਕਾਲਖ ਵਰਸਸ ਜਮਾਲਪੁਰਾ ਇਹ ਟੀਮਾਂ ਵੀ ਬਿਲਕੁਲ ਤਿਆਰੀ ਦੇ ਵਿੱਚ ਰਹਿਣਗੀਆਂ ਕਾਲਖ ਵਰਸਸ ਜਮਾਲਪੁਰਾ ਪੜੈਣ ਵਰਸਸ ਜਾਗੋਵਾਲ ਪੜੈਣ ਦੀ ਟੀਮ ਪਹੁੰਚ ਚੁੱਕੀ ਹੈ ਜਾਗੋਵਾਲ ਦੀ ਟੀਮ ਨੂੰ ਮੇਰੀ ਬੇਨਤੀ ਹੈ ਜਲਦੀ ਪਹੁੰਚੇ ਮਾਧੋਪੁਰ ਦੇ ਖਿਡਾਰੀਆਂ ਨੂੰ ਬੇਨਤੀ ਕਰਦੇ ਹਾਂ ਜਿਹੜੇ ਮੈਚ ਜਿੱਤ ਕੇ ਗਏ ਨੇ ਉਹਦਾ ਧਾਂਦਰੇ ਨਾਲ ਮੈਚ ਸੀ ਧਾਂਦਰੇ ਵਾਲੇ ਦਾ ਤਰਾਸ ਸੀ ਮਾਧੋਪੁਰ ਦੀ ਸਮੁੱਚੀ ਟੀਮ ਨੂੰ ਅਸੀਂ ਬੇਨਤੀ ਕਰਦੇ ਹਾਂ ਇੱਕ ਵਾਰ ਸਾਡੇ ਕਲੱਬ ਵਾਲੇ ਕਮੇਟੀ ਨੂੰ ਜ਼ਰੂਰ ਮਿਲਣ ਐਂਟਰੀ ਵਾਲੀ ਸਟੇਜ ਦੇ ਪਿੱਛੇ ਪਹੁੰਚਣ ਜਿਹੜੀ ਟੀਮ ਮਾਧੋਪੁਰ ਦੀ ਹੁਣੇ ਮੈਚ ਜਿੱਤ ਕੇ ਗਈ ਆ ਮੈਚ ਤੋਂ ਪਹਿਲਾਂ ਇੱਕ ਤੋਂ ਸਮੁੱਚੀ ਟੀਮ ਜਿੰਨੇ ਖਿਡਾਰੀ ਆਏ ਸੀ ਉਹ ਸਾਡੇ ਕਲੱਬ ਵਾਲੇ ਮੈਂਬਰਾਂ ਨੂੰ ਮਿਲਣ ਦੋ ਮਿੰਟ ਦਿੰਦੇ ਹਾਂ ਮਾਧੋਪੁਰ ਨੂੰ ਜੇ ਵੀਰੇ ਸਹੀ ਹੋ ਤਾਂ ਆ ਜਾਓ ਦੋ ਮਿੰਟਾਂ 'ਚ ਮੋਹਲੀ ਕਲਾਂ ਤੇ ਕੱਟੂ ਕਾਲਖ ਵਰਸਸ ਜਮਾਲਪੁਰਾ ਇਹ ਟੀਮਾਂ ਵੀ ਅਗਲੇ ਮੈਚ ਦੇ ਲਈ ਬਿਲਕੁਲ ਤਿਆਰੀ ਦੇ ਵਿੱਚ ਰਹਿਣਗੀਆਂ ਜਤਿੰਦਰ ਧਲੇਰੀਆ ਸਾਡੀ ਜ਼ਿੰਦਗੀ ਦਾ ਪਰਮ ਪਿਆਰਾ ਮਿੱਤਰ ਪਹੁੰਚਿਆ ਹੋਇਆ ਟਰੈਕਟਰ ਟੋਚਣਾ ਦੇ ਵਿੱਚ ਵੱਡਾ ਨਾਮ ਭਲਵਾਨੀ ਦੇ ਖੇਤਰ ਦੇ ਵਿੱਚ ਵੀ ਜਿਸ ਨੌਜਵਾਨ ਦਾ ਵੱਡਾ ਨਾਮ ਕਿ ਬਾਸੀ ਪਰਿਵਾਰ ਦਾ ਮੁੰਡਾ ਬੜਾ ਆਸਾਨੀ ਆਲਮਗੀਰ ਅਖਾੜੇ ਵਿੱਚ ਕਰੇ ਭਲਵਾਨੀ ਮੁੰਡਾ ਅੱਤ ਦਾ ਕਹਿੰਦੇ ਟਰੈਕਟਰ ਟੋਚਣਾ ਦੇ ਵਿੱਚ ਨਿੱਤ ਝੰਡੀ ਪੱਟਦਾ ਤੇ ਇਧਰਲੇ ਪਾਸੇ ਮੰਡੀ ਵਾਲੇ ਪਾਸੇ ਜਿਹੜੀ ਟੀਮ ਆ ਜਾਗੋਵਾਲ ਦੀ ਆ
और प्राइम की टीम है जी मेन गेट वाले पास है हरदीप सिंह इस वे पहली कबड्डी पाने के लिए हेलो माधोपुर नूं बेनती करते हैं कि आके जे तुसी सही हो तो साडी कमेटी नूं मिलो जिनी माधोपुर की समुची टीम सी जिन्ने खिडारी खेड के गए ने सारे दो मिनटां दे विच घड़ी ते ला के असीं दो मिनट देखने ने असी टीम कट देनी माधोपुर की असी ज्यादा वेट नहीं करनी माधोपुर की समुची टीम नूं बेनती करते हैं कि आके साडे क्लब के मैंबरां नूं मिलो असी फैसला तुरंत ही लैना पॉइंट है जिहड़ा इस वेले पड़ैन की टीम के लिए जुड़ता हुआ उधर साडा वीर गीता बैठ गए ने खेत्र दे विच वड्डा नाम जिंदगी का परम प्यारा मित्र धन्यवाद है अगली कबड्डी पाने लई मेरी बेनती है मोहोली कलां ते कट्टू दीआं टीमां अगले मैच लई बिल्कुल तैयारी दे विच रहणगीआं कालख वर्सज जमालपुरा लराणा कबड्डी पा रहे इस वेले शंकर पिंड आ कहिंदे गिल कलां दे गिल्लां दे बिल्कुल लागे करके बहुत ही शानदार प्रदर्शन इस वेले नौजवान खिडारी का लचार जाफियां दे विच इस वेले किहड़ा नौजवान वध के जफा लाउंदा पर इस वेले मनी धूड़ करदे हुए फैसले पॉइंट आ जिहड़ा धावी दे लई जुड़दा होइआ चल भी नौजवाना पा फिर अगली कबड्डी कि अगे मुश्किल देख जेडे डरदे आ उन्हां पल्ले पैण खजल खुआरियां उन्हां सोचिया कि असीं अगे वधणा जिन्हां शुरू तो ही कीतियां तैयारियां ओह सूरज दे सेक तो नहीं डरदे जिन्हां अंबरां च भरियां अडारियां जिन्हां हौसले बुलंद रखे धीरिया उन्हां हर खेत्र च मल्लां मारियां इस वेले इह मुंडा मन्ना सी झांडे पिंड दा जिस नौजवान ने हुण पढ़ाई लई पर उधर बहुत ही सत्कार जो गुरी धलेर दे फादर जी वह भी बैठे ने धन्यवाद कर रहे हैं अगली कबड्डी पाने लई हरदीप फिर बढ़ता होया कबड्डी कबड्डी का आलाप सिड़िया होया कदे सज्जी कन्नी कदे खब्बी कन्नी कदे विचकार टच लाउण दे लई मन दे विच विचार करता होया पर इधरले पासे इस वेले पॉइंट जिहड़ा नौजवान अपनी टीम दे लई जोड़दा होया नाल ही मेरी बार बार बेनती है मोहोली कलां ते कट्टू दोवे टीमां तैयारी दे विच रहणगियां कालख वर्स जमालपुरा ते मंडी कलां ਬੇਨੜਾ ਵਰਸਜ ਬੂਲਣ ਘਰਾਚੋਂ ਤੇ ਰਾਈਆ ਬਹੁਤ ਹੀ ਸ਼ਾਨਦਾਰ ਸੈੱਟ ਪੁੱਜੇ ਹੋਏ ਆ ਲੈ ਇਸ ਵੇਲੇ ਨੌਜਵਾਨ ਦਾ ਵੱਖਰਾ ਜਿਹਾ ਅੰਦਾਜ਼ ਖੇਡ ਦੇ ਮੈਦਾਨ ਦੇ ਵਿੱਚ ਵਿੱਚ ਮੰਨਾ ਜਫਾ ਲਾਉਣ ਦੀ ਪੂਰੀ ਜਦੋ ਜਹਦ ਕਰਦਾ ਹੋਇਆ ਐਨ ਕਹਿੰਦੇ ਬਈ ਵਾਹ ਇਹ ਨੌਜਵਾਨ ਬਈ ਵਾਹ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਸ਼ਮੀਰਾ ਘਰਾਚੋਂ ਪਿੰਡੀਆ मैच है जिहड़ा समाप्त चलते हुए मैच दे विच्चों प्रैण दी टीम है जिहड़ी हैलो जेतू है जी माधोपुर दी टीम नूं एक मिनट है साडे क्लब वाले मैंबर जार उहनां दा वेट कर रहे ने आ जाओ माधोपुर जिहड़ी टीम जित के गई आ समुची टीम एक मिनट च पहुंचो नहीं असीं कट देणी आ दूजी टीम नूं जेतू दे दांगे ਵੀਰੇ ਲਾ ਦੋ ਵੀਰੇ ਮੈਕ ਤੇ ਮੇਰੀ ਬੇਨਤੀ ਆ ਵੀ ਟੀ ਸ਼ਰਟਾਂ ਨੇ ਜਿਹੜੀਆਂ ਬਾਹਰ ਲਾ ਕੇ ਆਓ ਜੀ ਸਾਰੇ ਜਿਹੜੇ ਮੋਹਲੀ ਕਲਾਂ ਤੇ ਕੱਟੂ ਦਾ ਜਿਹੜਾ ਮੈਚ ਸ਼ੁਰੂ ਹੋਣ ਜਾ ਰਿਹਾ ਮੇਨ ਗੇਟ ਵਾਲੇ ਪਾਸੇ ਜਿਹੜੀ ਟੀਮ ਆਪਾਂ ਵੇਖ ਰਹੀ ਹਾਂ ਕੱਟੂ ਪਿੰਡ ਦੀ ਆ ਤੇ ਦੂਸਰੇ ਪਾਸੇ ਮੋਹਲੀ ਕਲਾਂ ਪਹਿਲੀ ਕਬੱਡੀ ਪਾਉਣ ਦੇ ਲਈ ਕਰਮੀ ਭਪਾਲ ਪਿੰਡ ਦਾ ਇਸ ਵੇਲੇ ਖੇਡ ਦੇ ਮੈਦਾਨ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇਧਰਲੇ ਪਾਸੇ ਕੱਟੂ ਮੋਹਲੀ ਕਲਾਂ ਇਹ ਆ ਕਰਮੀ ਭਪਾਲ ਪਿੰਡ ਦਾ
ਪਰਵੇਜ ਹੁਸੇ ਦਾ ਖਿਡਾਰੀ ਇਸ ਵੇਲੇ ਪਹਿਲਾ ਡੇਢ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਚੁੱਕੇ ਆ। ਅਗਲੇ ਮੈਚ ਦੇ ਲਈ ਮੇਰੀ ਬੇਨਤੀ ਆ ਕਾਲਖ ਵਰਸਸ ਜਮਾਲਪੁਰਾ, ਦੋਵੇਂ ਟੀਮਾਂ ਖੇਡ ਦੇ ਮੈਦਾਨ ਤੇ ਲੱਗੇ ਰਹਿਣਗੀਆਂ। ਲਾਈਦਲੇ ਪਾਸੇ ਰਮਨ ਨਾਮ ਹੈ ਇਸ ਨੌਜਵਾਨ ਖਿਡਾਰੀ ਦਾ, ਮੋਹਲੀ ਕਲਾਂ ਪਿੰਡ। ਚਾਰ ਜਾਫੀਆਂ ਤੇ ਬੋਲ ਦਿੱਤਾ ਧਾਵਾ ਨੌਜਵਾਨ ਨੇ ਕਿ ਲੋਕ ਸੱਥ ਦੇ ਵਿੱਚ ਜਦ ਹੋਣ ਇਕੱਠੇ ਫਿਰ ਉਹ ਗੱਲ ਕਬੱਡੀ ਦੀ ਛੇੜਦੇ ਆ। ਲੋਕੋ ਪੁੱਤ ਜਿਨ੍ਹਾਂ ਦੇ ਕਬੱਡੀ ਖੇਡਦੇ ਆ, ਧੀਰਾ ਕਹੇ ਬਾਪੂ ਦਾ ਮਾਣ ਵਾਧਾ, ਮੁੱਲ ਪੈਂਦੇ ਜਦੋਂ ਪੁੱਤ ਦੀ ਰੇੜਦੇ ਆ, ਧੀਰਾ ਕਹੇ ਬਾਪੂ ਦਾ ਮਾਣ ਵਾਧਾ। ਲਾਗਲੀ ਕਬੱਡੀ ਪਾਉਣ ਦੇ ਲਈ ਪਰ ਬਾਜੁੱਸਾ ਇਸ ਨੌਜਵਾਨ ਖਿਡਾਰੀ ਦਾ ਸਮੁੰਦਰ ਜਿਹਾ ਕਾਗਾ ਹੈ। ਕਹਿੰਦੇ ਨਿੱਕਾ ਬਦਰੇ ਪਿੰਡ ਦਾ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਵਿੱਚ, ਲਾ ਦੂਜੇ ਪਾਸੇ ਡਬਲ ਟੱਚ ਦਾ ਇਸ਼ਾਰਾ ਮਨੀ ਧੂੜ ਦੀ ਤਰਫੋਂ ਦਿੱਤਾ ਜਾ ਰਿਹਾ ਔਰ ਪੁਆਇੰਟ ਆਪਾਂ ਵੇਖ ਰਹੇ ਹਾਂ ਵੀ ਕੱਟੂ ਦੀ ਟੀਮ ਦੇ ਲਈ ਜੁੜਦਾ ਹੋਇਆ। ਨਾਲ ਹੀ ਅਗਲੇ ਮੈਚ ਦੇ ਲਈ ਕਾਲਖ ਤੇ ਜਮਾਲਪੁਰਾ ਖੇਡ ਦੇ ਮੈਦਾਨ ਦੇ ਲਾਗੇ ਰਹਿਣ ਦੋਵੇਂ ਟੀਮਾਂ, ਕਾਲਖ ਵਰਸਸ ਜਮਾਲਪੁਰਾ। ਚੱਲ ਵੀ ਰਮਨ ਸਿਆ ਪਾ ਕਬੱਡੀ ਕਿ ਚੜ੍ਹਦੀ ਜਵਾਨੀ ਕਬੱਡੀ ਦੇ ਨਾਲ ਜੁੜ ਗਈ, ਥਾਂ ਥਾਂ ਕੱਪ ਕਬੱਡੀ ਦਾ ਹੋਣ ਲੱਗਾ, ਕਬੱਡੀ ਖੇਡ ਹੈ ਹੁਣ ਜਵਾਨ ਹੋਈ। ਦੇਖੋ ਹੌਸਲ ਕਬੱਡੀ ਤੇ ਆਉਣ ਲੱਗਾ, ਲੰਡੇ ਵਾਲੇ ਹਾਲ ਧੀਰੇ ਆ ਧੁੰਮਾ ਖੇਡ ਮੈਦਾਨ ਵਿੱਚ ਪਾਉਣ ਲੱਗਾ, ਲੰਡੇ ਵਾਲੇ ਧੀਰੇ ਹਰ ਖਿਡਾਰੀ ਧੁੰਮਾ ਖੇਡ ਮੈਦਾਨ ਵਿੱਚ ਪਾਉਣ ਲੱਗਾ। ਬੜਾ ਸ਼ਾਨਦਾਰ ਪ੍ਰਦਰਸ਼ਨ ਚੱਲ ਰਹੀ ਆ ਕਬੱਡੀ 75 ਕਿਲੋ ਭਾਰ ਵਰਗ ਦੇ ਵਿੱਚ, ਬੈਸਟ ਰੇਡਰ ਔਰ ਜਾਫੀ ਦੇ ਲਈ ਵਾਸ਼ਿੰਗ ਮਸ਼ੀਨ ਦਿੱਤੀ ਜਾਣੀ ਆ, ਉੱਥੇ 50 ਰੁਪਏ ਦਾ ਲੱਕੀ ਡਰਾ ਕੱਢਿਆ ਜਾਣਾ, ਚਾਰ ਆਈਟਮਾਂ ਦਿੱਤੀਆਂ ਜਾਣੀਆਂ ਨੇ, ਕੂਲਰ ਆ, ਯੂਸਰ ਆ, ਸਾਈਕਲ ਆ ਤੇ ਨਾਲ ਸੈਮਸੰਗ ਦਾ ਮੋਬਾਈਲ ਆ। ਕਿਸੇ ਨੇ ਵੀ ਕਿਸਮਤ ਅਜਮਾਉਣੀ ਆ ਤਾਂ ਅਜਮਾ ਸਕਦਾ। ਇਹ ਆ ਮੁੰਡਾ ਭੋਪਾਲ ਪਿੰਡ ਦਾ ਕਰਮੀ, ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਸਾਰੇ ਹੀ ਖਿਡਾਰੀਆਂ ਦਾ, ਜਿੱਥੇ ਕਬੱਡੀ ਇੱਕ ਪਿੰਡ ਓਪਨ ਦੇ ਅੱਜ ਬਹੁਤ ਹੀ ਸ਼ਾਨਦਾਰ ਮੁਕਾਬਲੇ ਖੇਡੇ ਜਾਣੇ ਆ ਇਸੇ ਗਰਾਊਂਡ ਦੇ ਵਿੱਚ, ਜਿੱਥੇ ਖੀਰਾਂਵਾਲ ਦੀ ਟੀਮ ਆ ਜਿਹੜੀ ਵਿਸ਼ੇਸ਼ ਤੌਰ ਤੇ ਪੁੱਜ ਚੁੱਕੀ ਹੈ ਬਾਈ ਸਤਵੰਤ ਕੈਨੇਡਾ ਦੇ ਸੱਦੇ ਤੇ। ਬੜਾ ਪਿਆਰ ਆ ਮਹਾਨ ਖਿਡਾਰੀਆਂ ਦੇ ਨਾਲ, ਅਦਰ ਹਰਵਿੰਦਰ ਜੀ ਸਾਡਾ ਵੀਰ, ਨਾਲ ਜਤਿੰਦਰ ਧਲੇਰੀ ਆ, ਟਿਕਟ ਟੋਚਣ ਦੇ ਵਿੱਚ ਵੱਡਾ ਨਾਮ ਮੁੰਡੇ ਦਾ। ਕੱਲ੍ਹ ਨੂੰ ਕਹਿੰਦੇ ਘਰਾਚੋਂ ਦੇ ਬਿਲਕੁਲ ਲਾਗੇ ਇਸ ਨੌਜਵਾਨ ਦਾ ਵਿਸ਼ੇਸ਼ ਸਨਮਾਨ ਕੀਤਾ ਜਾਣਾ। ਲਓ ਸਾਹਮਣੇ ਪਈ ਹੋਈ ਕਬੱਡੀ, ਇਸ ਵੇਲੇ ਨੌਜਵਾਨ ਨਿੱਕਾ ਬਾਦਰੇ ਪਿੰਡ ਦਾ ਅੱਜ ਕਹਿੰਦੇ ਕੱਟੂ ਦੇ ਲਈ ਕਬੱਡੀਆਂ ਪਾ ਰਿਹਾ। ਲਓ ਸਾਹਮਣੇ ਨੌਜਵਾਨ ਕੋਸ਼ਿਸ਼ ਕਰ ਰਿਹਾ ਪਰ ਪੁਆਇੰਟ ਇਸ ਵੇਲੇ ਨੌਜਵਾਨ ਧਾਬੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚੱਲ ਵੀ ਨੌਜਵਾਨ ਦਾ ਪਾ ਕਬੱਡੀ, ਬੜੇ ਸ਼ਾਨਦਾਰ ਮੈਚ ਖੇਡੇ ਜਾ ਰਹੇ ਆ। ਅਗਲਾ ਮੈਚ ਜਮਾਲਪੁਰਾ ਵਰਸਸ ਕਾਲਖ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ, ਦੋਵੇਂ ਟੀਮਾਂ ਨੇ ਜਿਹੜੀਆਂ ਮੈਦਾਨ ਦੇ ਲਾਗੇ ਰਹਿਣਗੀਆਂ। ਕਾਲਖ ਵਰਸਸ ਜਮਾਲਪੁਰਾ, ਪੱਛੋਆਣਾ ਵਰਸਸ ਮੰਡੀ ਕਲਾਂ। ਲਾ ਦੂਜੇ ਪਾਸੇ ਰਮਨ ਇਸ ਵੇਲੇ ਨੌਜਵਾਨ ਕਬੱਡੀ ਪਾਉਂਦਾ ਹੋਇਆ ਪਰ ਅੰਕ ਆ ਜਿਹੜਾ ਜਾਫੀ ਦੇ ਲਈ ਜੁੜਦਾ ਹੋਇਆ। ਮੈਚ ਆ ਜਿਹੜਾ ਸਮਾਪਤ ਆ ਜੀ, ਕੱਟੂ ਜਿੱਤ ਗਈ। ਹੈਲੋ, ਇੱਧਰ ਸੰਦੌੜ ਚੌਂਕੀ ਤੋਂ ਸਾਡੇ ਦਰਮਿਆਨ ਪੁਲਿਸ ਮੁਲਾਜ਼ਮ ਵੀਰ ਪੁੱਜਦੇ ਜਾ ਰਹੇ ਨੇ, ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ ਸਰਦਾਰ ਮਨਪ੍ਰੀਤ ਸਿੰਘ ਜੀ ਜੋ ਕਿ ਹੈੱਡ ਕੌਂਸਟੇਬਲ ਨੇ, ਉਹ ਵੀ ਸਾਡੇ ਦਰਮਿਆਨ ਪੁੱਜਦੇ ਜਾ ਰਹੇ ਨੇ, ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ। ਸੰਦੌੜ ਥਾਣੇ ਤੋਂ ਮੁਲਾਜ਼ਮ ਵੀਰ ਸਾਡੇ ਦਰਮਿਆਨ ਪੁੱਜੇ ਨੇ, ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ। ਮੇਰੀ ਬੇਨਤੀ ਹੈ ਕਾਲਖ ਤੇ ਜਮਾਲਪੁਰਾ, ਬਈ ਟੀਮਾਂ ਦੇਰੀ ਨਾਲ ਕਿਉਂ ਆ ਰਹੀਆਂ ਨੇ, ਕਾਲਖ ਵਰਸਸ ਜਮਾਲਪੁਰਾ ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਜਲਦੀ ਪਹੁੰਚ ਜਾਣ। ਕਾਲਖ ਤੇ ਜਮਾਲਪੁਰਾ, ਪੱਛੋਆਣਾ ਤੇ ਮੰਡੀ ਕਲਾਂ, ਬੇਨੜਾ ਤੇ ਬੂਲਣ, ਹਰਿਆਣੇ ਤੋਂ ਪੁੱਜੀ ਹੈ ਟੀਮ। ਇਹਨਾਂ ਚੋਂ ਕੱਟੂ ਜੀ, ਕੱਟੂ ਆ ਜਮਾਲਪੁਰੇ ਦਾ ਮੈਚ ਪਹਿਲਾਂ ਕਰਾ ਦੋ, ਵਿੱਚ ਨਾ ਛੱਡੋ।
जमालपुरे की टीम है जी ग्राउंड जल्दी पहुंचे बी पहुंच गई दोवे टीम पहुंच गए मनी जी इधर आओ भी हंदे लग 75 किलो की एंट्री बंद है हुण कोई टीम सानू आके परेशान ना करे एक पिंड ओपन की एंट्री शुरू है चार टीम साढ़े को आ गई जे कोई होर टीम पहुंची आ एक पिंड ओपन ओ अपनी एंट्री जमा करावे एक पिंड ओपन की एंट्री शुरू है 75 की एंट्री बिलकुल बंद है कालख की टीम है जी मेन गेट वाले पास है और जमालपुरे की टीम है जी मंडी वाले पास पालविंदर सिंह कबड्डी पा रहे हैं इस वे खेड के मैदान सामने आप वेख रहे हैं कालख पिंड का नौजवान जफा लाने की पूरी जदोजहद करता हुआ जिथे कहते कालख पिंड के पहले पहल सुरिंद्रपाल टोनी वर्गे निम्मे वर्गे मेरे वीरों महान खिलाड़ी हुए उथे अरमन वर्गे रंबो वर्गे सतवंत कनेडा जी साडे बोलों के लिए बड़ा मान सम्मान भेज रहे हैं 500 रुपए का चिच तौर पर धन्यवाद कर रहे हैं जिथे कहते आप नहीं आ सके पर कनेडा के बैठे कबड्डी 365.com के जरिए अज पूरा लाइव टैलीकास्ट देख रहे हैं कलेर कलां का कबड्डी कप उथे हरविंदर बोपर समुचा शहीद ऊधम सिंह स्पोर्ट्स एंड वैलफेयर क्लब साढ़े वीर का बहुत बहुत धन्यवाद है जिन्होंने सदे से अज कबड्डी के महान खिलाड़ी इस ग्राउंड खेडणगे तो सामने पई हुई कबड्डी नशियां तो दूर रह के सांभी है जवानी जिन्हां दुनिया के उत्ते ओह नाम चमकाउंदे आ दिनां च कबड्डी के स्टार ओह बन जांदे जिहड़े भी खिडारी ढाडी मेहनत लगाउंदे आ लंडे वाले धीरे जदों खेडदे कनेडा विच डालरां तों बन के रुपईए कमाउंदे आ अगले मैच के लिए बच्छावाणा ते मंडी कलां दोवे टीमां ग्राउंड जल्दी दे नाल पहुंच जाण बच्छावाणा ते मंडी कलां बहुत ही शानदार चलते हुए मैच इस वे खेड के मैदान इधले पासे पॉइंट आ जिहड़ा कालख की टीम के लिए जुड़ता होया बच्छावाणा ते मंडी कलां बेनड़ा ते बूलण घराचों से राइया सारिया टीम के प्लेयर ध्यान सुन लैन तरतीब बार जिहड़े मैच करवाए जाने चलते मैच के जिहड़ी टीम आवेगी उस टीम का जिहड़ा मैच करवाया जाना नहीं किसी भी टीम की उड़ीक नहीं की जानी इस वे मेरी बार बार बेनती है बच्छावाणा ते मंडी कलां अगले मैच के लिए टीम तैयारी के विच रहणगियां लपई हुई कबड्डी इस वे नौजवान खिडारी दी कि अमन शांति रहे पंजाब अंदर बुरी नजर तो दाता बचाई रखी इस वे चलते हुए मैच के विचों कालख की टीम है जिहड़ी उह जित चुकी है जी नोट कर लो कालख की टीम है जिहड़ी जित चुकी है मंडी कलां ते बच्छावाणा अगले मैच दीआं दोवे टीमां ग्राउंड दे विच जल्दी पा जाण बच्छावाणा वर्सज मंडी कलां बच्छावाणा की टीम है जी ग्राउंड पुज चुकी है मंडी कलां की टीम कट्टन लग्या भी कित्थे हो अद्धे मिनट का समा मंडी कलां की टीम ग्राउंड रिपोर्ट करे जल्दी मंडी कलां अगले मैच के लिए बूलण ते बेनड़ा बूलण खिडारियों नूं बेनती करदे आं कि सारे टी शर्टा ग्राउंड तो बाहर ला के जाया करो असी टी शर्ट पा के किसी भी खिडारी नूं ग्राउंड च नहीं खड़न देना बेनती आ सारे खिडारी लैण तो बाहर टी शर्टा लाया करो
बच्चोवाणी की टीम है जी मेन गेट वाले पास खेल रही है और दूसरे पास मंडी कलां की टीम है। बहुत ही शानदार प्रदर्शन इस वे कबड्डी 75 किलो भार वर्ग के मैचों का तुम आनंद मार रहे हो। एक फरवरी होगी कंगणवाल के कबड्डी कप की खुले सदे आ तरीक जाने के कल ललतों का कबड्डी कप आ 21 तरीक लांगड़िया के कबड्डी कप की गल होगी। अगले मैच के लिए मेरी बार बार बेनती है टीम नेड़े रहा कर ग्राउंड के बेनड़ा से भूलण हरियाणा घराचों से राइया बहुत ही शानदार जिहड़ा मैच इसने खेडिया जाना बसोवाणा डिस्ट्रिक्ट मानसा और मंडी कलां बड़ा शानदार मैच पहली कबड्डी पाउण दे लई बसोवाणे दी टीम दी तरफ इस वेले नौजवान ने वध के कबड्डी पा दित्ती आ। इस वेले रामपुरे वाला नौजवान कहिंदे वध के जफा लाउण दी कोशिश कर रहा है। मेरे वीरो खेड दे मैदान दे विच बाहो ही नौजवाना ये यार रामपुरे पिंड दा जाफी खेड़ देना खेचे नौजवाना उखड़ रहे पैर पर बाहो बा के लग जावे वधिया जिहा जफा बल्ले बल्ले होए पईआ इहनू कहिंदे आ उत्तम खेड कबड्डी ते दूजे पासे तारी कहिंदे मंडी कलां दी तरफों कबड्डी पाउण दे लई वादा होइआ कि देख के दूजे का कम कम करो जोर नाल किसे दी चढ़ाई देख मदना नहीं चाहिदा यार बेली नाल पावे सारी गल कर लईए हर किसे अगे दुख दसना नहीं चाहिदा लंडे वाला धीरा कहे रब दी रजा च रहीए किसे दी गरीबी उत्ते हसना नहीं चाहिदा। लो सामने बसवाणे पिंड दे तरफों एक पासे कहिंदे नाभे दे बिल्कुल लागे पेंडा थूही ध्याना आ नौजवान थूही वाला ध्याना मेरे वीरों भावे के जफा नहीं ला सकिया पर सफलता कदम चुमदी हुई मंडी कलां वाले तारी दे और रेडर दे हिस्से विच पॉइंट दा वाधा हुंदा होया लागली कबड्डी पाउण दे लई नौजवान फिर वाधा होया सामने चार जाथियां ते बोलदा होया धावा मेरे वीरो के अमन शांति रहे पंजाब अंदर बुरी नजर तो दादा बचाई रखी खेण मेले करवाउंदे रहन लोकी प्यार आपस दे विच बनाई रखी चढ़दी उम्र दे सोहणे गभरूआं दी कबड्डी खेड विच सदा चढ़ाई रखी लंडे वाला धीरा इहो अरदास करदा चंगे कम्मां वल मालका लाई रखी लाओ तेरे पासे मेरे वीरो बहुत ही शानदार लगदा होया जत्था खेड दे मैदान विच मंडी कलां दी टीम दे लई पॉइंट दा वाधा हुंदा होया कलवंत किन्नू आखदे ने निकनेम किन्नू दे नाल जाणे जांदा आ मुंडा रामपुरे दी धरती दा खेड दे मैदान विच कौडी पाउण दे लई वधिया होया कि तेरी अदा निराली है मुंडिया कौडी पावण दी जित करी जावण अखियां तैनू देखी जावण दी लकेड़ा मुंडा वध के जफा लाउंदा। इस वेले नौजवान कहिंदे गुरजीत सिंह इस नौजवान दा नाम है जिस मुंडे ने हुण जफा ला अपनी टीम गुरी धलेर ਉਹਨੂੰ ਮਿਲਣ ਲਈ ਪਿੱਛੇ ਬੰਦੇ ਆਏ ਨੇ ਐਂਟਰੀ ਵਾਲੀ ਸਟੇਜ ਦੇ ਪਿੱਛੇ ਕਪੂਰਥਲੇ ਕੰਨਿਓ ਨੇ ਬੰਦੇ ਕਹਿੰਦੇ ਸਾਨੂੰ ਮਿਲੇ ਆ ਕੇ ਗੁਰੂ ਧਲੇਰ ਅਦਰ 50 ਰੁਪਏ ਦੀ ਪਰਚੀ ਕਟਵਾ ਕੇ ਆਪਾਂ ਆਪਣੀ ਕਿਸਮਤ ਅਜਮਾ ਸਕਦੇ ਹਾਂ ਕੂਲਰ ਦਿੱਤਾ ਜਾਣਾ ਮੋਬਾਈਲ ਨਾਲ ਜੂਸਰ ਅਤੇ ਨਾਲ ਇੱਕ ਸਾਈਕਲ ਹੈ ਕਿਸੇ ਨੇ ਵੀ ਕਟਵਾਉਣੀ ਹੋਵੇ ਪਰਚੀ ਕਟਵਾ ਸਕਦਾ। ਗੁਰੀ ਧਲੇਰ ਜਿੱਥੇ ਕਹਿੰਦੇ ਮੇਰੇ ਵੀਰੋ ਕਬੱਡੀ ਦੇ ਖੇਤਰ ਦੇ ਵਿੱਚ ਧਰੂ ਤਾਰੇ ਦੇ ਵਾਂਗ ਚਮਕਿਆ ਸਾਡਾ ਵੀਰ ਉਹਦੇ ਫਾਦਰ ਸਾਹਿਬ ਬੈਠੇ ਨੇ ਬਹੁਤ ਬਹੁਤ ਧੰਨਵਾਦ ਕਰ ਰਹੀ ਹਾਂ ਜਿਸ ਨੌਜਵਾਨ ਦਾ ਅੱਜ ਕਹਿੰਦੇ ਮੇਰੇ ਵੀਰੋ ਨਾਂ ਚੱਲਦਾ ਕੌਡੀ ਦੇ ਗਰਾਊਂਡਾਂ ਦੇ ਵਿੱਚ
ਉਸੇ ਦੇ ਪਿੰਡਾਂ 'ਚ ਲੱਗਿਆ ਹੋਇਆ ਮੇਲਾ ਲਓ ਸਾਹਮਣੇ ਇਸ ਵੇਲੇ ਤਾਰੀ ਦੀ ਪਈ ਹੋਈ ਕਬੱਡੀ ਤੇ ਧਿਆਨਾ ਦੂਹੀ ਪਿੰਡ ਦਾ ਕੋਸ਼ਿਸ਼ ਕਰਦਾ ਹੋਇਆ ਭਰਵੇ ਜੁੱਸੇ ਦਾ ਖਿਡਾਰੀ ਆ ਮੇਰੇ ਵੀਰੋ ਪਰ ਦੂਜੇ ਪਾਸੇ ਬੜਾ ਤੇਜ਼ ਤਰਤਾ ਵੀ ਮੰਡੀ ਕਲਾਂ ਵਾਲਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਬਾਵੀ ਨੌਜਵਾਨ ਨਾਲ ਬੜਾ ਸ਼ਾਨਦਾਰ ਮੈਚ ਇਸ ਵੇਲੇ ਖੇਡਿਆ ਜਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਅਗਲੇ ਮੈਚਾਂ ਦੇ ਲਈ ਬੇਨੜਾ ਤੇ ਭੁੱਲਣ ਦੋਵੇਂ ਟੀਮਾਂ ਤਿਆਰੀ ਦੇ ਵਿੱਚ ਰਹਿਣਗੀਆਂ ਬੇਨੜਾ ਵਰਸਜ ਭੁੱਲਣ ਆਉਦਲੇ ਪਾਸੇ ਬਹੁਤ ਹੀ ਸ਼ਾਨਦਾਰ ਲੱਗਦਾ ਹੋਇਆ ਜੱਫਾ ਫੜਿਆ ਹੋਇਆ ਗਿੱਟਾ ਔਰ ਇਸ ਵੇਲੇ ਹੁਣ ਕਹਿੰਦੇ ਜਾਫੀ ਦੀ ਪਕੜ ਮਜ਼ਬੂਤ ਹੈ ਤੇ ਪੁਆਇੰਟ ਮੰਡੀ ਕਲਾਂ ਦੀ ਟੀਮ ਜਿੱਤ ਚੁੱਕੀ ਹੈ ਜੀ ਇਸ ਖੇਡ ਦੇ ਮੈਦਾਨ ਵਿੱਚ ਮੰਡੀ ਕਲਾਂ ਦੀ ਟੀਮ ਜੇਤੂ ਹੈ ਜੀ ਬੇਨੜਾ ਵਰਸਜ ਭੁੱਲਣ ਹਰਿਆਣਾ ਹੈਲੋ ਮਾਧੋਪੁਰ ਦੇ ਜੋ ਪ੍ਰੂਫ ਸੀਗੇ ਉਹਨਾਂ ਕੋਲੇ ਉਹ ਗਲਤ ਨਿਕਲੇ ਨੇ ਇਸ ਕਰਕੇ ਅਸੀਂ ਧਾਂਦਰੇ ਨੂੰ ਜੇਤੂ ਕਰਾਰ ਦਿੰਦੇ ਹਾਂ ਜੀ ਅਗਲੇ ਮੈਚ ਦੇ ਲਈ ਰਾਇਆ ਤੇ ਘਰਾਚੋ ਦੋਵੇਂ ਟੀਮਾਂ ਤਿਆਰੀ ਦੇ ਵਿੱਚ ਰਹਿਣਗੀਆਂ ਇਸ ਵੇਲੇ ਮੰਡੀ ਵਾਲੇ ਪਾਸੇ ਭੁੱਲਣ ਦੀ ਟੀਮ ਹਰਿਆਣੇ ਨੂੰ ਬਿਲੋਂਗ ਕਰਦੀ ਹੈ ਇਧਰਲੇ ਪਾਸੇ ਮੇਨ ਗੇਟ ਵਾਲੇ ਪਾਸੇ ਜਿਹੜੀ ਟੀਮ ਹੈਗੀ ਬੇਨੜੇ ਪਿੰਡ ਦੀ ਹੈ ਜ਼ਿਲ੍ਹਾ ਸੰਗਰੂਰ ਦਾ ਮੇਨ ਰੋਡ ਦੇ ਉੱਤੇ ਵਸਿਆ ਹੋਇਆ ਮਾਣ ਮੱਤਾ ਪਿੰਡ ਹੈ ਬੇਨੜਾ ਬੇਨੜੀ ਦੀ ਤਰਫ ਇਸ ਵੇਲੇ ਜੱਸੀ ਕਲੇਰਾਂ ਵਾਲਾ ਕਬੱਡੀ ਪਾ ਰਹੇ ਆ ਲੈ ਸਾਹਮਣੇ ਇੱਕ ਕੰਨੀ ਤੇ ਸੁਖਬੀਰ ਆ ਨਾਲ ਹੀ ਗੁਰਜੀਤ ਹੈ ਤੇ ਨਾਲ ਹੀ ਨੀਲ ਹੈ ਘੰਗਰਾਲੇ ਵਾਲਾ ਨੌਜਵਾਨ ਲਤਿਨਾ ਦੀ ਸਰਤਾਲ ਦੇ ਵਿੱਚ ਘੁੰਮਦੀ ਹੋਈ ਚੇਨ ਦੇ ਵਿੱਚੋਂ ਇਸ ਵੇਲੇ ਹਲਕਾ ਜਿਹਾ ਟੱਚ ਮਾਰ ਨੌਜਵਾਨ ਬੇਨੜੇ ਦੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਵਿੱਕੀ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਿ ਰਿਸ਼ੀਆਂ ਮੁੰਨੀਆਂ ਦੀ ਧਰਤੀ ਤੇ ਮੇਹਰਾਂ ਨੇ ਗੋਬਿੰਦ ਦੀਆਂ ਦਰਸ਼ਕ ਵੀਰੋ ਆ ਕੇ ਦੇਖੋ ਖੇਡਾਂ ਮੇਰੇ ਪਿੰਡ ਦੀਆਂ ਘੱਟ ਵੀਰਾਂ ਆ ਜਾਓ ਸਾਰੇ ਜੱਗ ਦੇ ਸੱਟ ਝਮੇਲੇ ਨੂੰ ਅੱਜ ਦੁਨੀਆ ਦੇਖੂ ਧਲੇਰ ਪਿੰਡ ਦੇ ਇਸ ਕਬੱਡੀ ਮੇਲੇ ਨੂੰ ਅੱਜ ਦੁਨੀਆ ਦੇਖੂ ਧਲੇਰ ਪਿੰਡ ਦੇ ਇਸ ਕਬੱਡੀ ਮੇਲੇ ਨੂੰ ਲੈ ਦੂਜੇ ਪਾਸੇ ਆਪਾਂ ਵੇਖ ਰਹੇ ਹਾਂ ਇਸ ਵੇਲੇ ਉੱਪਾਵਾਲ ਪਿੰਡ ਹੈ ਇਸ ਨੌਜਵਾਨ ਦਾ ਕਹਿੰਦੇ ਸੀਧਾ ਨਾਮ ਆ ਇਸ ਜਾਫੀ ਦਾ ਜਿਸ ਨੌਜਵਾਨ ਨੇ ਹੁਣ ਜੱਫਾ ਲਾਉਣ ਦੀ ਟਰਾਈ ਕੀਤੀ ਪਰ ਸਫਲਤਾ ਕਦਮ ਚੁੰਮਦੀ ਹੋਈ ਵਿੱਕੀ ਦੇ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਸਮੁੰਦਰੀ ਕਦਰ ਖੇਡ ਦੇ ਮੈਦਾਨ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਅਦਰ ਸਤਵੰਤ ਕੈਨੇਡਾ ਦੇ ਸੱਦੇ ਤੇ ਕਹਿੰਦੇ ਮਹਾਨ ਖਿਡਾਰੀ ਇਸ ਖੇਡ ਦੇ ਮੈਦਾਨ ਦੇ ਨਾਲ ਜੁੜ ਰਹੇ ਨੇ ਬਿੱਲਾ ਲਲਤੋਂ ਵਾਲਾ ਸਾਡਾ ਵੀਰ ਪੁੱਜਿਆ ਹੋਇਆ ਕੱਲ ਦੀ ਤਰੀਕ 20 ਤਰੀਕ ਨੂੰ ਖੁੱਲੇ ਸੱਦੇ ਦੇਈ ਜਾ ਰਹੇ ਆ ਉੱਥੇ ਹਰਵਿੰਦਰ ਬੋਪਾ ਰਹੇ ਸਾਡਾ ਵੀਰ ਪਰ ਇਸ ਵੇਲੇ ਪੁਆਇੰਟ ਆ ਜਿਹੜਾ ਅਗਲੇ ਮੈਚ ਦੇ ਲਈ ਘਰਾਚੋਂ ਪੁੱਜੀ ਹੋਈ ਆ ਰਾਈਆਂ ਦੀ ਟੀਮ ਆ ਜਿਹੜੀ ਉਹ ਜਲਦੀ ਪਹੁੰਚ ਜਾਵੇ ਬੜਾ ਸ਼ਾਨਦਾਰ ਚੱਲਦਾ ਹੋਇਆ ਮੈਚ ਇਸ ਵੇਲੇ ਖੇਡ ਦੇ ਮੈਦਾਨ ਵਿੱਚ ਪਰ ਦੂਸਰੇ ਪਾਸੇ ਆਪਾਂ ਵੇਖ ਰਹੇ ਹਾਂ ਕਿ ਅੰਕਾ ਜਿਹੜਾ ਭੁੱਲਣ ਦੀ ਟੀਮ ਦੇ ਲਈ ਜੁੜਦਾ ਹੋਇਆ ਘਰਾਚੋਂ ਤੇ ਰਾਈਆ ਘਰਾਚੋਂ ਦੀ ਟੀਮ ਪੁੱਜ ਚੁੱਕੀ ਆ ਰਾਈਆ ਦੀ ਟੀਮ ਮੇਰੀ ਬੇਨਤੀ ਆ ਗਰਾਊਂਡ ਦੇ ਵਿੱਚ ਸੰਪਰਕ ਕਰੇ
ਬੜੇ ਸ਼ਾਨਦਾਰ ਚੱਲਦੇ ਹੋਏ ਮੈਚ ਇਸ ਵੇਲੇ ਸਾਹਮਣੇ ਪਈ ਹੋਈ ਕਬੱਡੀ ਕਹਿੰਦੇ ਜੱਸੀ ਕਲੇਰਾਂ ਵਾਲਾ ਕਬੱਡੀ ਪਾ ਰਿਹਾ ਸਾਹਮਣੇ ਸੁਖਵੀਰ ਨੂੰ ਹਲਕਾ ਜਿਹਾ ਟੱਚ ਮਾਰ ਦੋ ਨੰਬਰ ਦੇ ਮੁੰਡੇ ਨੇ ਤਕੜੀ ਕੋਸ਼ਿਸ਼ ਕੀਤੀ ਪਰ ਪੁਆਇੰਟ ਕਹਿੰਦੇ ਇਸ ਵੇਲੇ ਨੌਜਵਾਨ ਧਾਵੀ ਦੇ ਲਈ ਜੁੜਦਾ ਹੋਇਆ ਚੱਲ ਵੀ ਵਿੱਕੀ ਸਿਆ ਪਾ ਕਬੱਡੀ ਵਿੱਕੀ ਦੀ ਪਈ ਹੋਈ ਕਬੱਡੀ ਕਿ ਦਾਦੇ ਨੇ ਕਬੱਡੀ ਖੇਡੀ ਮਨ ਪਰਚਾਵੇ ਲਈ ਬਾਪੂ ਨੇ ਆ ਕੌਲੀਆਂ ਗਲਾਸਾਂ ਲਈ ਖੇਡਦਾ ਅੱਜ ਦੇ ਜ਼ਮਾਨੇ ਵਿੱਚ ਕਬੱਡੀ ਨੇ ਤਰੱਕੀ ਕੀਤੀ ਲੱਖਾਂ ਵਿੱਚ ਮੁੱਲ ਪੈਂਦਾ ਕੱਲੀ ਕੱਲੀ ਰੇਡ ਦਾ ਮੁੰਡਿਆਂ ਨੂੰ ਲੋਕੋ ਇੱਕ ਕਬੱਡੀ ਖੇਡ ਵੱਲ ਲਾਓ ਲੰਡੇ ਵਾਲਾ ਧੀਰਾ ਗੱਲਾਂ ਸੱਸ ਵਿੱਚ ਸੇੜਦਾ ਮੁੰਡਿਆਂ ਨੂੰ ਲੋਕੋ ਇੱਕ ਕਬੱਡੀ ਖੇਡ ਵੱਲ ਲਾਓ ਲੰਡੇ ਵਾਲਾ ਧੀਰਾ ਗੱਲਾਂ ਸੱਸ ਵਿੱਚ ਸੇੜਦਾ ਲੈ ਬਹੁਤ ਹੀ ਸ਼ਾਨਦਾਰ ਚੱਲਦੇ ਹੋਏ ਮੈਚ ਇਸ ਵੇਲੇ ਮੇਰੀ ਵਾਰ ਵਾਰ ਬੇਨਤੀ ਆ ਅਗਲੇ ਮੈਚ ਦੇ ਲਈ ਘਰਾਚੋਂ ਵਰਸਜ ਰਾਈਆ ਦੋਵੇਂ ਟੀਮਾਂ ਖੇਡ ਦੇ ਮੈਦਾਨ ਦੇ ਨਾਲ ਜੁੜ ਜਾਣਗੀਆਂ ਕਬੱਡੀ 365.com ਦੇ ਜ਼ਰੀਏ ਅੱਜ ਪੂਰਾ ਵਰਲਡ ਮੇਰੇ ਵੀਰੋ ਧਲੇਰ ਦੇ ਕਬੱਡੀ ਕੱਪ ਨੂੰ ਤੱਕ ਰਹੇ ਆ ਲਓ ਵੱਡੇ ਮਾਣ ਵਾਲੀ ਗੱਲ ਸਾਡੇ ਵੀਰ ਪ੍ਰਦੀਪ ਟਹਿਣੇ ਹੋਣੀ ਵੱਡੀਆਂ ਸੇਵਾਵਾਂ ਦੇ ਰਹੇ ਆ ਪੰਜਾਬ ਦੇ ਹਰ ਇੱਕ ਕਬੱਡੀ ਕੱਪ ਤੇ ਵੱਡੀ ਵੈਬਸਾਈਟ ਦਾ ਨਾਮ ਹੈ ਲਓ ਦੂਜੇ ਪਾਸੇ ਪਈ ਹੋਈ ਕਬੱਡੀ ਇਸ ਵੇਲੇ ਭੁੱਲਣ ਦੀ ਤਰਫੋਂ ਨੌਜਵਾਨ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਬੱਡੀ ਕਬੱਡੀ ਦਾ ਆਲਾਪ ਛਿੜਿਆ ਹੋਇਆ ਖੇਡ ਦੇ ਮੈਦਾਨ ਵਿੱਚ ਲਓ ਸਾਹਮਣੇ ਪੁਆਇੰਟ ਇਸ ਵੇਲੇ ਕਹਿੰਦੇ ਨੌਜਵਾਨ ਰੇਡਰ ਦੇ ਲਈ ਜੁੜਦਾ ਹੋਇਆ ਚੱਲ ਵੀ ਜੱਸੀ ਸਿਆਂ ਪਾ ਫਿਰ ਅਗਲੀ ਕਬੱਡੀ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਫਿਰ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਟੱਕੋ ਟੱਕੀ ਹੋ ਕੇ ਦਰਸ਼ਕ ਵੀਰ ਤੱਕਦੇ ਹੋਏ ਚੱਲਦੇ ਹੋਏ ਮੈਚਾਂ ਦੇ ਨਜ਼ਾਰੇ ਨੀਲ ਨਾਮ ਹੈ ਇਸ ਜਾਫੀ ਦਾ ਜੋ ਇਸ ਵੇਲੇ ਨੌਜਵਾਨ ਨੂੰ ਜੱਫਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅਗਲੀ ਕਬੱਡੀ ਪਾਉਣ ਦੇ ਲਈ ਵਿੱਕੀ ਭੁੱਲਣ ਤੋਂ ਹਰਿਆਣੇ ਨੂੰ ਬਿਲੋਂਗ ਕਰਦੀ ਟੀਮ ਮੇਰੇ ਵੀਰੋ ਇਸ ਵੇਲੇ ਖੇਡ ਦੇ ਮੈਦਾਨ ਵਿੱਚ ਘਰਾਚੋਂ ਤੇ ਰਾਈਏ ਦਾ ਮੈਚ ਖੇਡਿਆ ਜਾਣਾ ਉੱਧਰ ਥਾਣਾ ਸੰਦੌੜ ਤੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਵਿਸ਼ੇਸ਼ ਤੌਰ ਤੇ ਪੁੱਜ ਚੁੱਕੇ ਆ ਧੰਨਵਾਦ ਆ ਗੁਰੀ ਧਲੇਰ ਸਾਡੀ ਜ਼ਿੰਦਗੀ ਦਾ ਪਰਮ ਪਿਆਰਾ ਮਿੱਤਰ ਅਚੇਚੇ ਤੌਰ ਤੇ ਧੰਨਵਾਦ ਹੈ ਚੱਲਦੇ ਹੋਏ ਮੈਚ ਦੇ ਵਿੱਚੋਂ ਭੁੱਲਣ ਦੀ ਟੀਮ ਜੇਤੂ ਹੈ ਜੀ ਭੁੱਲ ਰਾਈਆ ਤੇ ਬੇਨਤੀ ਹੈ ਘਰਾਚੋਂ ਦਾ ਮੈਚ ਹੈ ਤੇ ਦੂਜੇ ਰਾਊਂਡ ਦੀਆਂ ਟਾਈਆਂ ਪਾ ਦਿਓ ਜੀ ਹੈਲੋ ਅਸੀਂ ਆਹ ਲਾਸਟ ਮੈਚ ਆ ਇਹਨੂੰ ਜੇਤੂ ਰੱਖ ਕੇ ਟਾਈਆਂ ਪਾਉਣ ਲੱਗੇ ਹਾਂ ਜੇ ਕੋਈ ਖਿਡਾਰੀ ਦੇਖਣਾ ਚਾਹੁੰਦਾ 75 ਕਿਲੋ ਸੈਕਿੰਡ ਰਾਊਂਡ ਉੱਧਰ ਕਹਿੰਦੇ ਮਕੰਦਪੁਰ ਦੀ ਟੀਮ ਵਿਸ਼ੇਸ਼ ਤੌਰ ਤੇ ਪੁੱਜੀ ਹੈ ਕਬੱਡੀ ਇੱਕ ਪਿੰਡ ਓਪਨ ਦੀ ਤੇ ਨਾਲ ਹੀ ਖੀਰਾਂਵਾਲ ਦੀ ਟੀਮ ਵੀ ਪੁੱਜ ਚੁੱਕੀ ਹੈ ਬਾਈ ਸਤਵੰਤ ਕੈਨੇਡਾ ਦੇ ਸੱਦੇ ਤੇ ਜਿੱਥੇ ਪੰਜਾਬ ਦੇ ਕਬੱਡੀ ਦੇ ਮਹਾਨ ਖਿਡਾਰੀ ਜਿਹੜੇ ਵਿਸ਼ੇਸ਼ ਤੌਰ ਤੇ ਪੁੱਜੇ ਜਾ ਰਹੇ ਨੇ ਵੀ ਦਾ ਬਹੁਤ ਬਹੁਤ ਧੰਨਵਾਦ ਆ ਭਾਵੇਂ ਕਿ ਆਪ ਨਹੀਂ ਪਹੁੰਚ ਸਕਿਆ ਪਰ 365 ਕਬੱਡੀ .com ਦੇ ਜ਼ਰੀਏ ਕਬੱਡੀ 365.com ਦੇ ਜ਼ਰੀਏ ਇਹਨਾਂ ਖਿਡਾਰੀਆਂ ਦਾ ਜਿਹੜਾ ਪ੍ਰਦਰਸ਼ਨ ਵੀਰ ਕੈਨੇਡਾ ਦੇ ਵਿੱਚ ਬੈਠਾ ਦੇਖ ਰਹੀ ਆ ਬਾਈ ਸਤਵੰਤ ਕੈਨੇਡਾ ਤੇ ਹਰਵਿੰਦਰ ਬੋਪਾਰਾਵ